ਹੈਲੋ ਐਵਰੀਵਨ, ਵੈਲਕਮ ਟੂ ਅਵਰ ਚੈਨਲ। ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਫਰੈਂਡਸ, ਅੱਜ ਦੀ ਵੀਡੀਓ ਵਿੱਚ ਤੁਹਾਡੇ ਲਈ ਅਸੀਂ ਲੈ ਕੇ ਆਏ ਹਾਂ ਹੈਂਡਵਰਕ ਦੇ ਬਹੁਤ ਹੀ ਪਿਆਰੇ ਜਿਹੇ ਸੂਟ। ਕਲਰ ਕੋਂਬੀਨੇਸ਼ਨ ਬਹੁਤ ਪਿਆਰੇ ਨੇ, ਤੁਸੀਂ ਚਾਹੋ ਉਹਨਾਂ ਵਿੱਚੋਂ ਕਿਸੇ ਵੀ ਸੂਟ ਨੂੰ ਕਸਟਮਾਈਜ਼ ਕਰਾ ਕੇ ਕਿਸੇ ਵੀ ਕਲਰ ਦੇ ਵਿੱਚ ਰੈਡੀ ਕਰਵਾ ਸਕਦੇ ਹਾਂ। ਅਤੇ ਅਗਰ ਤੁਸੀਂ ਚੈਨਲ 'ਤੇ ਅੱਜ ਪਹਿਲੀ ਵਾਰ ਜੁੜੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਣਾ, ਵੀਡੀਓ ਚੰਗੀ ਲੱਗੇ ਲਾਈਕ ਐਂਡ ਸ਼ੇਅਰ ਕਰਨਾ, ਇੰਸਟਾਗ੍ਰਾਮ ਨੂੰ ਵੀ ਫੋਲੋ ਕਰ ਦੇਣਾ, ਉਹਦੀ ਆਈਡੀ ਜਿਹੜੀ ਹੈ ਤੁਹਾਨੂੰ ਡਿਸਕ੍ਰਿਪਸ਼ਨ ਦੇ ਉੱਪਰ ਔਰ ਸਕਰੀਨ ਦੇ ਉੱਪਰ ਮਿਲ ਜਾਏਗੀ। ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਇੱਕ ਸੂਟ ਜਿਹੜਾ ਬਹੁਤ ਹੀ ਪਿਆਰਾ ਜਿਹਾ ਪਿਓਰ ਜਾਰਜਟ 'ਚ ਅਸੀਂ ਰੈਡੀ ਕੀਤਾ ਹੈ, ਮੈਂ ਤੁਹਾਡੇ ਨਾਲ ਉਹ ਸ਼ੇਅਰ ਕਰਾਂ। ਫਰੈਂਡਸ, ਇਹ ਵਾਲਾ ਸੂਟ ਹੈ ਜਿਹੜਾ ਅਸੀਂ ਇਹਨੂੰ ਜਾਰਜਟ ਪਿਓਰ ਦੇ ਵਿੱਚ ਰੈਡੀ ਕੀਤਾ ਔਰ ਪਾਕਿਸਤਾਨੀ ਸਟਾਈਲ ਦੀ ਸ਼ਰਟ ਹੈ। ਮੇਰੇ ਬਹੁਤ ਵਾਰੀ ਕੁਐਸਚਨ ਆਉਂਦਾ ਕਿ ਪਾਕਿਸਤਾਨੀ ਸੂਟ ਕਿਸ ਤਰ੍ਹਾਂ ਦੇ ਨੇ। ਪਾਕਿਸਤਾਨੀ ਸੂਟਾਂ ਦੇ ਵਿੱਚ ਫਰੰਟ ਦੇ ਉੱਪਰ ਪਲੀਟਸ ਨਹੀਂ ਪਾਏ ਜਾਂਦੇ, ਤੁਸੀਂ ਚਾਹੋ ਬੈਕ 'ਤੇ ਪਲੀਟਸ ਪਾ ਸਕਦੇ ਹੋ। ਔਰ ਪਾਕਿਸਤਾਨੀ ਸੂਟਾਂ ਦੇ ਵਿੱਚ ਜਿਹੜੀ ਤੁਹਾਡੀ ਚੈਸਟ ਹੁੰਦੀ ਹੈ ਉਹ ਤੁਸੀਂ ਸੇਮ ਸਾਈਜ਼ ਜਾਂ ਹਾਫ ਇੰਚ ਲੂਜ਼ ਕਰਾ ਸਕਦੇ ਹਾਂ। ਕਮਰ ਔਰ ਹਿੱਪ ਦਾ ਸਾਈਜ਼ ਜਿਹੜਾ ਉਹ 1 ਤੋਂ 1.5 ਇੰਚ ਤੱਕ ਲੂਜ਼ ਹੁੰਦਾ ਹੈ। ਸੋ ਸੂਟ ਜਿਹੜਾ ਤੁਹਾਡਾ ਹਲਕਾ ਜਿਹਾ ਏ ਲਾਈਨ 'ਚ ਜਾਏਗਾ ਔਰ ਲੂਜ਼ ਫਿਟਿੰਗ ਦਾ ਸੂਟ ਹੋਏਗਾ। ਬਾਹਾਂ ਦੀ ਗੱਲ ਕਰੀਏ, ਪਾਕਿਸਤਾਨੀ ਸੂਟਾਂ ਦੀਆਂ ਬਾਹਾਂ ਤੁਸੀਂ ਫੁੱਲ ਸਲੀਵ ਵੀ ਕਰ ਸਕਦੇ ਹੋ, ਯਾਨੀ ਕਿ 21 ਇੰਚ ਤੱਕ ਕੀਤੀ ਜਾ ਸਕਦੀ ਹੈ। ਜਿਹੜੀ ਮੋਰੀ ਹੈ ਉਹ ਤੁਸੀਂ 6 ਮਤਲਬ ਕਿ ਅਰਾਊਂਡ ਉਹ 12 ਇੰਚ ਹੋ ਜਾਏਗੀ ਜਾਂ 7 ਜਾਂ ਅਰਾਊਂਡ 14 ਇੰਚ ਤੁਸੀਂ ਕਰ ਸਕਦੇ ਹੋ। ਅਗਰ ਤੁਸੀਂ ਕੁਆਟਰ ਸਲੀਵ ਪਾਉਣਾ ਚਾਹੁੰਦੇ ਹੋ ਫਿਰ ਵੀ ਤੁਸੀਂ ਉਹਨੂੰ ਲੂਜ਼ ਫਿਟਿੰਗ 'ਚ ਬਣਾ ਸਕਦੇ ਹਾਂ। ਇਸ ਸੂਟ ਦੇ ਨਾਲ ਅਸੀਂ ਫਿਨਿਸ਼ਿੰਗ ਲਈ ਸਿਰਫ ਪਾਈਪਿੰਗ ਕੀਤੀ ਹੈ। ਜਿਹੜੀ ਸਲਵਾਰ ਹੈ ਉਹਦੇ ਉੱਪਰ ਕਾਫੀ ਜ਼ਿਆਦਾ ਹੈਵੀ ਵਰਕ ਕੀਤਾ ਹੈ, ਤੁਸੀਂ ਦੇਖ ਸਕਦੇ ਹੋ। ਸਲਵਾਰ ਦੇ ਉੱਪਰ ਬਹੁਤ ਹੀ ਨੀਟ ਵਰਕ ਹੈ, ਨੇੜੇ ਤੋਂ ਦੇਖੋ ਕਲਰ ਕੋਂਬੀਨੇਸ਼ਨਸ ਬਹੁਤ ਸੋਹਣੇ ਨੇ। ਔਰ ਇਹਦੇ ਵਿੱਚ ਅਸੀਂ ਇੱਕ ਗ੍ਰੀਨ ਕਲਰ ਐਕਸਟਰਾ ਜਿਹੜਾ ਸੀ ਉਹਦੇ ਵਿੱਚ ਐਡੀਸ਼ਨ ਕੀਤੀ ਹੈ। ਸੋ ਉਹ ਇਹਨੂੰ ਹੋਰ ਵੀ ਵਾਈਬ੍ਰੈਂਟ ਔਰ ਐਲੀਗੈਂਟ ਸੂਟ ਜਿਹੜਾ ਉਹਦੀ ਲੁੱਕ ਦੇ ਰਿਹਾ ਹੈ। ਹੁਣ ਅਸੀਂ ਇਹਦੇ 'ਤੇ ਆਉਂਦੇ ਹਾਂ ਦੁਪੱਟੇ ਦੇ ਉੱਪਰ। ਦੁਪੱਟਾ ਜਿਹੜਾ ਹੈ ਸਲਵਾਰ ਦੇ ਹੀ ਬੇਸ ਕਲਰ ਦਾ ਹੈ ਔਰ ਇਹ ਕਲਰ ਬਹੁਤ ਹੀ ਪਿਆਰਾ ਕਲਰ ਹੈ, ਨਾ ਇਹ ਸਕਿਨ ਟੋਨ ਹੈ ਨਾ ਇਹ ਮਾਊਸ ਹੈ, ਮਿਕਸ ਹੀ ਸ਼ੇਡ ਹੈ ਬਟ ਬਹੁਤ ਪਿਆਰੀ ਸ਼ੇਡ ਹੈ। ਔਰ ਦੁਪੱਟੇ ਦੇ ਜਿਹੜੇ ਪੱਲੇ ਨੇ ਪੂਰਾ ਹੈਵੀ ਜਿਹੜਾ ਪੱਲਿਆਂ ਦੇ ਉੱਪਰ ਵਰਕ ਕੀਤਾ ਹੋਇਆ, ਇਹ ਤੁਸੀਂ ਦੇਖੋ ਬਹੁਤ ਸੋਹਣਾ ਵਰਕ ਹੈ ਸਾਰੇ ਹੀ ਪੱਲਿਆਂ ਦੇ ਉੱਪਰ। ਔਰ 4 ਸਾਈਡ ਅਸੀਂ ਦੁਪੱਟੇ 'ਤੇ ਲੇਸ ਲਗਾ ਕੇ ਫਿਨਿਸ਼ਿੰਗ ਕੀਤੀ ਹੈ ਔਰ ਕੋਰਨਰਸ ਦੇ ਉੱਪਰ ਟੈਸਲ ਦਿੱਤੇ ਹੋਏ ਨੇ। ਸੋ ਪ੍ਰਿੰਟਡ ਸੂਟ ਨੂੰ ਇੰਨਾ ਐਲੀਗੈਂਟ ਬਣਾ ਕੇ ਅਗਰ ਤੁਸੀਂ ਵੇਅਰ ਕਰੋਗੇ ਤਾਂ ਤੁਹਾਡਾ ਸੂਟ ਜਿਹੜਾ ਹੈਂਡਵਰਕ ਦੇ ਸੂਟ ਤੋਂ ਵੀ ਜ਼ਿਆਦਾ ਅੱਛੀ ਲੁੱਕਦਾ ਹੋਏਗਾ। ਔਰ ਕੋਈ ਵੀ ਤੁਹਾਡਾ ਭੋਗ ਦਾ ਫੰਕਸ਼ਨ ਹੈ, ਕੋਈ ਛੋਟੀ ਜਿਹੀ ਪਾਰਟੀ ਹੈ, ਡੈਫੀਨੇਟਲੀ ਇਸ ਤਰ੍ਹਾਂ ਦਾ ਸੂਟ ਤੁਸੀਂ ਵੇਅਰ ਕਰੋਗੇ ਤਾਂ ਤੁਹਾਡੀ ਬਿਲਕੁਲ ਡਿਫਰੈਂਟ ਲੁੱਕ ਹੋਏਗੀ। ਫਰੈਂਡਸ, ਜਿਹੜਾ ਤੁਹਾਡਾ ਸੂਟ ਸ਼ੇਅਰ ਕੀਤਾ ਤੁਹਾਨੂੰ ਕਿੱਦਾਂ ਤਾਂ ਲੱਗਿਆ ਜ਼ਰੂਰ ਦੱਸਿਓ। ਬਹੁਤ ਐਲੀਗੈਂਟ ਸੂਟ ਹੈ, ਕਲਰ ਬਹੁਤ ਪਿਆਰਾ, ਇਹਨੂੰ ਅਸੀਂ ਕਿਸੇ ਵੀ ਕਲਰ ਕੋਂਬੀਨੇਸ਼ਨ 'ਤੇ ਕਰ ਸਕਦੇ ਹਾਂ, ਇੰਬਰਾਇਡਰੀ ਵੱਧ ਘੱਟ ਕਰਨੀ ਹੋਵੇ ਉਹ ਵੀ ਤੁਸੀਂ ਕਰ ਸਕਦੇ ਹੋ, ਪਰ ਬਹੁਤ ਪਿਆਰਾ ਲੱਗੇਗਾ ਅਗਰ ਪ੍ਰਿੰਟਡ ਸੂਟ ਨੂੰ ਇਸ ਤਰ੍ਹਾਂ ਸਟਾਈਲ ਕਰਨਾ ਹੈ। ਅਤੇ ਚਲੋ ਫਰੈਂਡਸ, ਅਗਲੇ ਸੂਟ ਦੇਖਣੇ ਸਟਾਰਟ ਕਰਦੇ। ਇਹ ਵਾਲੀ ਜਿਹੜੀ ਅਨਾਰਕਲੀ ਹੈ ਇਹਨੂੰ ਅਸੀਂ ਰੈਡੀ ਕੀਤਾ ਹੈ ਪਿਓਰ ਜਾਰਜਟ ਦੇ ਵਿੱਚ ਔਰ ਓਂਬਰੇ ਕੀਤਾ ਹੈ ਨੀਚੇ ਤੋਂ। ਅਸੀਂ ਡਾਰਕ ਤੋਂ ਉੱਪਰ ਵਾਲੀ ਸਾਈਡ ਨੂੰ ਗਏ ਹਾਂ ਲਾਈਟਰ ਸ਼ੇਡ ਵੱਲ ਔਰ ਵਰਕ ਜਿਹੜਾ ਇਹਦੇ 'ਤੇ ਬਹੁਤ ਹੀ ਸੋਹਣਾ ਹੈ। ਕੰਪਲੀਟਲੀ ਸਾਰੇ ਦੇ ਵਿੱਚ ਦਬਕਾ ਯੂਜ਼ ਕੀਤਾ ਗਿਆ, ਨਾਲ ਅਸੀਂ ਸਿੱਪੀ ਯੂਜ਼ ਕੀਤੀ ਹੈ, ਪਰਲ ਯੂਜ਼ ਕੀਤੇ ਆ ਔਰ ਥਰੈਡ ਯੂਜ਼ ਕੀਤਾ ਹੈ ਲਾਈਟ ਕਲਰ ਦਾ, ਨਾਲ ਹੀ ਇਹਦੇ ਨੈਕ 'ਤੇ ਐਮਬਰਾਇਡਰੀ ਹੈ। ਇਹਦੀ ਜਿਹੜੀਆਂ ਬਾਹਾਂ ਨੇ ਉਹਨਾਂ ਦੇ ਉੱਪਰ ਸਾਰੇ ਦੇ ਉੱਪਰ ਹੀ ਕਾਫੀ ਹੈਵੀ ਵਰਕ ਕੀਤਾ ਹੋਇਆ ਹੈ। ਸਭ ਤੋਂ ਪਹਿਲਾਂ ਇੱਥੇ ਅਸੀਂ ਜਾਲ ਬਣਾਇਆ ਹੈ ਔਰ ਫਰੰਟ ਦੇ ਉੱਪਰ ਬਾਰਡਰ ਦਿੱਤਾ ਹੈ, ਸੇਮ ਐਮਬਰਾਇਡਰੀ ਜਿਹੜੀ ਕਿ ਅਸੀਂ ਨੈਕ 'ਤੇ ਕੀਤੀ ਹੈ। ਔਰ ਜਿਹੜਾ ਬੈਨ 'ਤੇ ਵਰਕ ਹੈ ਉਹ ਵੀ ਤੁਸੀਂ ਦੇਖ ਸਕਦੇ ਹੋ, ਬਹੁਤ ਹੀ ਨੀਟ ਵਰਕ ਜਿਹੜਾ ਹੈ ਉਹ ਬੈਨ 'ਤੇ ਕੀਤਾ ਗਿਆ ਹੈ। ਨਾਲ ਹੈ ਇਹਦੇ ਲਾਈਕਰਾ ਦੀ ਪਜਾਮੀ ਔਰ ਫਰੋਕ ਦੇ ਨੀਚੇ ਅਸੀਂ ਇਸ ਤਰ੍ਹਾਂ ਕਰਕੇ ਲੇਸ ਲਗਾਈ ਹੈ, ਜਰਕਨ ਲੱਗੇ ਹੋਏ ਨੇ ਲੇਸ ਦੇ ਵਿੱਚ ਔਰ ਨੀਚੇ ਸਾਟਨ ਦੇ ਨਾਲ ਉਹਦੀ ਫਿਨਿਸ਼ਿੰਗ ਦਿੱਤੀ ਹੋਈ ਹੈ। ਇਹਦੇ ਨਾਲ ਜਿਹੜਾ ਦੁਪੱਟਾ ਅਸੀਂ ਰੈਡੀ ਕੀਤਾ ਹੈ ਉਹ ਅਸੀਂ ਰੈਡੀ ਕੀਤਾ ਹੈ ਔਰਗੈਂਜ਼ਾ ਦੇ ਵਿੱਚ
ਔਰ ਦੁਪੱਟਾ ਵੀ ਜਿਹੜਾ ਸਾਡਾ ਓਂਬਰੇ ਹੈ ਤੁਸੀਂ ਦੇਖ ਸਕਦੇ ਹੋ, ਪੱਲਿਆਂ ਦੀ ਸਾਈਡ ਡਾਰਕ ਸ਼ੇਡ ਹੈ ਔਰ ਸੈਂਟਰ ਦੇ ਵਿੱਚ ਉਹ ਕਲਰ ਲਾਈਟ ਹੁੰਦਾ ਜਾਂਦਾ ਹੈ। ਸਾਰੇ ਹੀ ਦੁਪੱਟੇ ਦੇ ਵਿੱਚ ਇਸ ਤਰ੍ਹਾਂ ਕਰਕੇ ਸਿੱਪੀ ਦਾ ਜਾਲ ਬਣਿਆ ਹੋਇਆ ਆ। ਸੋ ਓਵਰਆਲ ਲੁੱਕ ਬਹੁਤ ਸੋਹਣੀ ਹੈ, ਕੰਪਲੀਟਲੀ ਪਾਰਟੀ ਵੇਅਰ ਸੂਟ ਹੈ। ਕਿਸੇ ਵੀ ਕਲਰ ਕੋਂਬੀਨੇਸ਼ਨ ਦੇ ਵਿੱਚ ਅਸੀਂ ਇਹ ਓਂਬਰੇ ਰੈਡੀ ਕਰ ਸਕਦੇ ਹਾਂ। ਜਿਹੜਾ ਵੀ ਕਲਰ ਤੁਹਾਨੂੰ ਪਸੰਦ ਹੋਏ, ਵਰਕ ਜਿਹੜਾ ਹੈ ਉਹ ਤੁਸੀਂ ਫਰੋਕ ਦੇ ਵਿੱਚ ਕਿਤੇ ਵੀ ਕਰਵਾ ਸਕਦੇ ਹੋ। ਈਵਨ ਕਿ ਇਸ ਫਰੋਕ ਦੇ ਨਾਲ ਤੁਸੀਂ ਸ਼ਰਾਰਾ ਵੀ ਰੈਡੀ ਕਰਵਾ ਸਕਦੇ ਹੋ, ਬਹੁਤ ਸੋਹਣਾ ਲੱਗੇਗਾ। ਸੋ ਇਹ ਵਾਲੀ ਆਊਟਫਿਟ ਕਿੱਦਾਂ ਦੀ ਲੱਗੀ ਤੁਹਾਨੂੰ ਫਰੈਂਡਸ ਜ਼ਰੂਰ ਦੱਸਿਓ। ਇਹ ਵਾਲਾ ਜਿਹੜਾ ਸੂਟ ਹੈ ਇਹਨੂੰ ਅਸੀਂ ਰੈਡੀ ਕੀਤਾ ਹੈ ਪਾਊਡਰ ਬਲੂ ਕਲਰ ਦੇ ਉੱਪਰ, ਬਹੁਤ ਪੇਸਟਲ ਕਲਰ ਹੈ ਔਰ ਸਿਲਕ ਦੇ ਵਿੱਚ ਸੂਟ ਹੈ ਔਰ ਇਹਦੀ ਜਿਹੜੀ ਐਮਬਰਾਇਡਰੀ ਹੈ ਬਹੁਤ ਹੀ ਪਿਆਰੀ ਹੈ। ਇਹਦੇ ਵਿੱਚ ਅਪਕਾ ਔਰ ਮੋਤੀ ਔਰ ਰੇਸ਼ਮ ਦਾ ਕੰਮ ਹੋਇਆ ਹੈ, ਰੇਸ਼ਮ ਦਾ ਕੰਮ ਕਾਫੀ ਜ਼ਿਆਦਾ ਹੋਇਆ ਹੈ ਔਰ ਡਿਜ਼ਾਇਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਡਿਜ਼ਾਇਨ ਹੈ, ਕਲਰ ਕੋਂਬੀਨੇਸ਼ਨ ਬਹੁਤ ਸੋਹਣਾ ਹੈ। ਚੌਕ ਤੋਂ ਲੈ ਕੇ ਦੈਨ ਸਾਡਾ ਫਰੰਟ ਦਾ ਘੇਰਾ ਸਾਰਾ ਕਵਰ ਹੁੰਦਾ ਹੈ ਇਹਦੇ ਨਾਲ, ਦੋਨੋਂ ਕੋਰਨਰਸ ਜਿਹੜੇ ਨੇ ਉਹ ਹੈਵੀ ਬਣੇ ਹੋਏ ਨੇ ਔਰ ਇਸ ਤੋਂ ਇਲਾਵਾ ਇਹਦੇ ਵਿੱਚ ਅਸੀਂ ਬਾਹਾਂ ਦੇ ਉੱਪਰ ਬਾਰਡਰ ਦਿੱਤਾ ਹੈ ਜੋ ਕਿ ਇਸ ਤਰ੍ਹਾਂ ਹੈ, ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਬਾਰਡਰ ਜਿਹੜਾ ਬਾਹਾਂ ਦੇ ਉੱਪਰ ਬਣਿਆ। ਜਿਹੜੇ ਇਹਦੇ ਚੌਕ ਨੇ ਉਹਨਾਂ ਦੇ ਉੱਪਰ ਅਸੀਂ ਇਸ ਤਰ੍ਹਾਂ ਕਰਕੇ ਪੇਸਟਿੰਗ ਕਰ ਦਿੱਤੀ ਹੈ ਜਿਸ ਕਲਰ ਦਾ ਕੰਟਰਾਸਟ ਕੀਤਾ ਸੀ, ਸੋ ਔਰੇਂਜ ਦਾ ਕੰਟਰਾਸਟ ਸੀ, ਔਰੇਂਜ ਇੱਥੇ ਪੇਸਟਿੰਗ ਹੋ ਗਈ। ਸਲਵਾਰ ਨਾਲ ਰੈਡੀ ਕੀਤੀ ਹੈ ਔਰ ਇਹਦੇ ਨਾਲ ਅਸੀਂ ਰੈਡੀ ਕੀਤਾ ਹੈ ਔਰਗੈਂਜ਼ਾ ਦਾ ਦੁਪੱਟਾ ਜਿਹਦੇ ਕਿ ਫੋਰ ਸਾਈਡ ਵਰਕ ਹੈ, ਬਹੁਤ ਹੀ ਪਿਆਰਾ ਦੁਪੱਟਾ ਹੈ। ਦੁਪੱਟੇ 'ਤੇ ਤੁਸੀਂ ਐਮਬਰਾਇਡਰੀ ਔਰ ਬਾਰਡਰ ਜਿਹੜਾ ਨਾ ਉਹ ਦੇਖ ਸਕਦੇ ਹੋ, ਬਹੁਤ ਸੋਹਣਾ ਬਾਰਡਰ ਬਣਿਆ ਹੋਇਆ ਦੁਪੱਟੇ ਦੇ ਉੱਪਰ ਔਰ ਉਹਦੇ ਫੋਰ ਸਾਈਡ ਅਸੀਂ ਲੇਸ ਲਗਾ ਕੇ ਉਹਦੀ ਫਿਨਿਸ਼ਿੰਗ ਕੀਤੀ ਹੋਈ ਹੈ। ਸੋ ਓਵਰਆਲ ਸੂਟ ਦੀ ਲੁੱਕ ਜਿਹੜੀ ਹੈ ਨਾ ਉਹ ਬਹੁਤ ਹੀ ਪਿਆਰੀ ਹੈ। ਇਹਦੇ ਨਾਲ ਅਸੀਂ ਘੱਗਰਾ ਵੀ ਰੈਡੀ ਕੀਤਾ ਹੈ, ਇਹ ਹੈ ਸਾਡਾ ਘੱਗਰਾ ਔਰ ਇਹਨੂੰ ਤਾਂ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤਾ ਜਾਂਦਾ ਹੈ। ਸੋ ਇਹ ਤਾਂ ਆਊਟਫਿਟ ਹਮੇਸ਼ਾ ਸਾਡੀ ਬਣਦੀ ਹੀ ਰਹਿੰਦੀ ਹੈ ਔਰ ਸਲਵਾਰ ਅਸੀਂ ਇਸ ਕਰਕੇ ਰੈਡੀ ਕਰਦੇ ਹਾਂ ਕਿ ਹਰ ਟਾਈਮ 'ਤੇ ਤੁਸੀਂ ਘੱਗਰਾ ਵੀਅਰ ਨਹੀਂ ਕਰ ਸਕਦੇ। ਸੋ ਕੁਛ ਇੱਕ ਫੰਕਸ਼ਨ ਹੁੰਦੇ ਤੁਹਾਡਾ ਸੂਟ ਵੇਸਟ ਨਹੀਂ ਹੋਏਗਾ, ਤੁਸੀਂ ਅਗਰ ਸਲਵਾਰ ਨਾਲ ਪਾਉਣਾ ਚਾਹੋ ਸਲਵਾਰ ਨਾਲ ਸੂਟ ਪਾ ਸਕਦੇ ਹਾਂ ਔਰ ਘੱਗਰਾ ਨਾਲ ਤੁਹਾਡਾ ਐਕਸਟਰਾ ਹੋ ਜਾਏਗਾ। ਸੋ ਕਿੱਦਾਂ ਦੀ ਆਊਟਫਿਟ ਲੱਗੀ ਫਰੈਂਡਸ ਇਹ ਸਾਰੀ ਜ਼ਰੂਰ ਦੱਸਿਓ। ਇਹ ਵਾਲਾ ਸੂਟ ਜਿਹੜਾ ਇਹਨੂੰ ਅਸੀਂ ਰੈਡੀ ਕੀਤਾ ਮਸਟਰਡ ਕਲਰ ਦੇ ਵਿੱਚ ਔਰ ਇਹ ਪਿਓਰ ਕਰੇਪ ਦਾ ਸੂਟ ਹੈ ਔਰ ਇਹਦੇ 'ਤੇ ਜਿਹੜਾ ਵਰਕ ਹੈ ਬਹੁਤ ਸੋਹਣਾ ਹੈ। ਨੈਕ ਦੇ ਉੱਪਰ ਦੇਖੋ ਅਸੀਂ ਬਹੁਤ ਹੀ ਡਿਫਰੈਂਟ ਜਿਹੇ ਸਟਾਈਲ ਦਾ ਵਰਕ ਕੀਤਾ ਹੈ, ਵੈਸੇ ਗਲਾ ਗੋਲ ਹੈ ਪਰ ਨੀਚੇ ਨੂੰ ਅਸੀਂ ਵੀ ਸ਼ੇਪ ਦਿੱਤੀ ਹੈ, ਵਿੱਚ ਅਸੀਂ ਇਹਦੇ ਬਹੁਤ ਹੀ ਲਾਈਟ ਸਕਾਈ ਬਲੂ ਕਲਰ ਦੀ ਪੈਚਿੰਗ ਕਰਕੇ ਉਹਦੇ ਉੱਪਰ ਸਿੱਪੀ ਦਾ ਵਰਕ ਕੀਤਾ ਹੈ ਔਰ ਇੱਥੇ ਇਸ ਤਰ੍ਹਾਂ ਕਰਕੇ ਬਾਰਡਰ ਦੇ ਦਿੱਤਾ ਹੈ। ਸਾਰੇ ਹੀ ਫਰੰਟ ਦੇ ਵਿੱਚ ਛੋਟੇ ਛੋਟੇ ਫਲਾਵਰਸ ਹੈਗੇ ਨੇ, ਬਾਹਾਂ ਦੇ ਉੱਪਰ ਵੀ ਸੇਮ ਪੈਟਰਨ ਹੈ। ਇਹ ਬਾਹਾਂ ਦਾ ਜਿਹੜਾ ਬਾਰਡਰ ਹੈ ਕਾਫੀ ਚੌੜਾ ਬਾਰਡਰ ਹੈ ਪਰ ਬਹੁਤ ਸੋਹਣਾ ਹੈ। ਕਲਰ ਕੋਂਬੀਨੇਸ਼ਨ ਇਹਦੇ ਵਿੱਚ ਪਿੰਕ ਦਾ ਵੀ ਲਿਆ ਗਿਆ ਹੈ ਔਰ ਨੋਟ ਵਰਕ ਇੱਥੇ ਕੀਤਾ ਗਿਆ ਹੈ ਔਰ ਫਰੰਟ ਦੇ ਉੱਪਰ ਜੈਪੁਰੀ ਗੋਟਾ ਲਗਾ ਕੇ ਇਹਦੀ ਫਿਨਿਸ਼ਿੰਗ ਕੀਤੀ ਹੈ, ਸੇਮ ਇਸੇ ਤਰ੍ਹਾਂ ਦਾ ਹੀ ਗੋਟਾ ਜਿਹੜਾ ਆ ਉਹ ਅਸੀਂ ਚਾਕਾਂ ਦੇ ਦਿੱਤਾ ਹੈ ਔਰ ਇਹਦੇ ਨਾਲ ਅਸੀਂ ਰੈਡੀ ਕੀਤੀ ਹੈ ਹੈਵੀ ਸਲਵਾਰ ਔਰ ਨਾਲ ਹੈ ਇਹਦੇ ਪਿਓਰ ਬਨਾਰਸੀ ਦੁਪੱਟਾ। ਸੋ ਦੁਪੱਟਾ ਵੀ ਮੈਂ ਤੁਹਾਨੂੰ ਖੋਲ੍ਹ ਕੇ ਦਿਖਾ ਦਿੰਦੀ ਹਾਂ, ਇਹ ਪਿਓਰ ਬਨਾਰਸੀ ਦੁਪੱਟਾ, ਬਹੁਤ ਸੋਹਣਾ ਸੂਟ ਹੈ। ਤੁਹਾਨੂੰ ਕਿੱਦਾਂ ਦਾ ਲੱਗਿਆ ਜ਼ਰੂਰ ਦੱਸਿਓ। ਕਿਸੇ ਵੀ ਮਹਿੰਦੀ ਦੇ ਫੰਕਸ਼ਨ ਦੇ ਉੱਪਰ, ਮਾਈਆਂ ਦੇ ਫੰਕਸ਼ਨ 'ਤੇ ਇਸ ਤਰ੍ਹਾਂ ਦੇ ਸੂਟ ਵੇਅਰ ਕੀਤੇ ਹੋਏ ਬਹੁਤ ਸੋਹਣੇ ਲੱਗਦੇ ਆ। ਫਰੈਂਡਸ ਇਹ ਵਾਲਾ ਸੂਟ ਜਿਹੜਾ ਇਹਨੂੰ ਅਸੀਂ ਰੈਡੀ ਕੀਤਾ ਹੈ ਸ਼ਿਮਰ ਜਾਰਜਟ ਦੇ ਵਿੱਚ ਔਰ ਬਹੁਤ ਪਿਆਰਾ ਇਹ ਕਲਰ ਹੈ, ਡਾਰਕ ਥੋੜ੍ਹਾ ਜਿਹਾ ਮੌਫ ਸ਼ੇਡ ਹੈਗਾ ਆ ਔਰ ਇਹਦੇ ਅਸੀਂ ਗਲੇ ਦੇ ਉੱਤੇ ਬਹੁਤ ਹੀ ਪਿਆਰਾ ਵਰਕ ਕੀਤਾ ਹੈ, ਸਿੱਪੀ ਕਟਣ ਔਰ ਨੋਟ ਵਰਕ, ਬਹੁਤ ਸੋਹਣਾ ਵਰਕ ਲੱਗ ਰਿਹਾ। ਇਹਦੀ ਜਿਹੜੀ ਸ਼ਾਈਨ ਹੈ ਉਹ ਵੀ ਤੁਸੀਂ ਦੇਖ ਸਕਦੇ ਹੋ, ਬਹੁਤ ਸੋਹਣੀ ਸ਼ਾਈਨ ਹੈ ਗਲੇ ਦੇ ਉੱਪਰ ਔਰ ਬਾਹਾਂ ਦੇ ਉੱਪਰ ਵੀ ਥੋੜ੍ਹਾ ਜਿਹਾ ਹੈਵੀ ਵਰਕ ਕੀਤਾ ਗਿਆ ਹੈ, ਬਾਰਡਰ ਥੋੜ੍ਹਾ ਜਿਹਾ ਚੌੜਾ ਕੀਤਾ ਗਿਆ ਹੈ ਬਾਂਹ ਦੇ ਉੱਪਰ। ਸੋ ਬਾਂਹ ਬਹੁਤ ਸੋਹਣੀ ਲੱਗੇਗੀ ਜਦੋਂ ਵੇਅਰ ਕੀਤੀ ਹੋਏਗੀ। ਫਿਨਿਸ਼ਿੰਗ ਵਾਸਤੇ ਅਸੀਂ ਇੱਥੇ ਪਾਈਪਿੰਗ ਕੀਤੀ ਹੈ ਔਰ ਇਹਦੇ ਨਾਲ ਅਸੀਂ ਰੈਡੀ ਕੀਤੀ ਹੈ ਸਲਵਾਰ ਔਰ ਮੈਂ ਤੁਹਾਨੂੰ ਇਹਦਾ ਦੁਪੱਟਾ ਦਿਖਾਉਂਦੀ ਹਾਂ। ਦੁਪੱਟਾ ਬਹੁਤ ਹੀ ਪਿਆਰਾ ਓਂਬਰੇ ਦੁਪੱਟਾ ਹੈ, ਇਹ ਤੁਸੀਂ ਦੇਖ ਸਕਦੇ ਹੋ।
ਸੋ ਦੁਪੱਟੇ ਦੇ ਵਿੱਚ ਵੀ ਅਸੀਂ ਲਾਈਟ ਟੂ ਡਾਰਕ ਸ਼ੇਡ ਦੇ ਵਿੱਚ ਗਏ ਹਾਂ। ਸਾਰੇ ਹੀ ਦੁਪੱਟੇ ਦੇ ਵਿੱਚ ਗੋਲਡਨ ਜਾਲ ਹੈ ਔਰ ਤੁਸੀਂ ਬਿਲਕੁਲ ਨਜ਼ਦੀਕ ਤੋਂ ਦੇਖ ਸਕਦੇ ਹਾਂ, ਬਹੁਤ ਪਿਆਰਾ ਵਰਕ ਹੈ ਔਰ ਇਹ ਦੁਪੱਟਾ ਲਿਆ ਹੋਇਆ ਬਹੁਤ ਸੋਹਣਾ ਲੱਗਦਾ ਹੈ। ਅਸੀਂ ਪਹਿਲਾਂ ਵੀ ਇਹਦੇ ਨਾਲ ਦੇ ਦੁਪੱਟੇ ਬਹੁਤ ਜ਼ਿਆਦਾ ਰੈਡੀ ਕੀਤੇ ਆ ਔਰ ਇਹਦੇ ਅਤੇ ਫਿਨਿਸ਼ਿੰਗ ਜਿਹੜੀ ਹੈ ਇਸ ਤਰ੍ਹਾਂ ਕਰਕੇ ਅਸੀਂ ਲੇਸ ਦਿੱਤੀ ਹੈ ਔਰ ਇਹ ਲੇਸ ਜਿਹੜੀ ਹੈ ਫਰੈਂਡਸ ਸੇਮ ਹਰ ਵਾਰ ਨਹੀਂ ਮਿਲਦੀ, ਸਾਨੂੰ ਰਿਕੁਐਸਟ ਆਉਂਦੀ ਹੈ ਕਿ ਸੇਮ ਲੈਸ ਲਗਾ ਕੇ ਦਿਓ। ਸੋ ਸੇਮ ਲੇਸ ਮਿਲ ਵੀ ਸਕਦੀ ਹੈ ਅਤੇ ਪਰ ਕੋਈ ਸ਼ੋਰ ਨਹੀਂ ਹੈ, ਕ੍ਰਸ਼ ਕੋਟਾ ਵੀ ਤੁਸੀਂ ਇਹਦੇ 'ਤੇ ਲਗਵਾ ਸਕਦੇ ਹੋ, ਉਹ ਵੀ ਸੋਹਣਾ ਲੱਗੇਗਾ। ਸੋ ਫਰੈਂਡਸ ਇਹ ਸੂਟ ਕਿੱਦਾਂ ਦਾ ਲੱਗਿਆ ਜ਼ਰੂਰ ਦੱਸਿਓ। ਫਰੈਂਡਸ ਇਹ ਵਾਲੀ ਜਿਹੜੀ ਆਊਟਫਿਟ ਹੈ ਅਨਾਰਕਲੀ ਅਸੀਂ ਰੈਡੀ ਕੀਤੀ ਹੈ ਔਰ ਬਹੁਤ ਹੀ ਪਿਆਰਾ ਜਿਹਾ ਫੈਬਰਿਕ ਹੈ, ਸਿਲਕ ਦੇ ਵਿੱਚ ਸੈਲਫ ਪ੍ਰਿੰਟ ਹੈਗਾ, ਤੁਸੀਂ ਦੇਖ ਸਕਦੇ ਹੋ ਨਜ਼ਦੀਕ ਤੋਂ ਫੀਲ ਕਰ ਸਕਦੇ ਹੋ ਕਿੱਦਾਂ ਦਾ ਟੈਕਸਚਰ ਹੈਗਾ। ਕੰਪਲੀਟਲੀ ਹੈਂਡਵਰਕ ਹੈ ਔਰ ਡਿਜ਼ਾਇਨਿੰਗ ਬਹੁਤ ਹੀ ਪਿਆਰੀ ਹੈ, ਗੋਲਡਨ ਕਲਰ 'ਚ ਅਸੀਂ ਰੈਡੀ ਕੀਤਾ ਹੈ ਔਰ ਨੈਕਲਾਈਨ ਦੇ ਉੱਪਰ ਸਾਰੇ ਹੀ ਇਸ ਤਰ੍ਹਾਂ ਕਰਕੇ ਹੈਂਡਵਰਕ ਕੀਤਾ ਹੈ ਗਲੇ ਦੇ ਅਰਾਊਂਡ, ਜਿਹੜਾ ਯੋਕ ਪਾਇਆ ਹੈ ਉਹਦੇ ਤੋਂ ਲੈ ਕੇ ਨੀਚੇ ਤੱਕ ਸਾਰੇ ਦੇ ਵਿੱਚ ਇਸ ਤਰ੍ਹਾਂ ਕਰਕੇ ਛੋਟੇ ਛੋਟੇ ਫਲਾਸ ਜਿਹੜੇ ਨੇ ਉਹ ਸਾਰੇ ਹੀ ਅਸੀਂ ਦਿੱਤੇ ਹੋਏ ਨੇ। ਬਾਹਾਂ ਜਿਹੜੀਆਂ ਨੇ ਉਹਨਾਂ ਦੇ ਉੱਪਰ ਵੀ ਸੇਮ ਹੀ ਜਿਸ ਤਰ੍ਹਾਂ ਦਾ ਗਲੇ ਦੇ ਉੱਪਰ ਬਾਰਡਰ ਬਣਿਆ ਹੈ, ਸੇਮ ਬਾਰਡਰ ਜਿਹੜਾ ਆ ਉਹ ਅਸੀਂ ਬਾਹਾਂ 'ਤੇ ਬਣਾ ਕੇ ਫਿਰ ਉਹੀ ਜਿਹੜੇ ਫਲਾਸ ਨੇ ਉਹ ਬਾਹਾਂ ਦੇ ਉੱਪਰ ਦਿੱਤੇ ਨੇ। ਸੋ ਓਵਰਆਲ ਇਹ ਹੈਵੀ ਲੁੱਕ ਵਾਲੀ ਜਿਹੜੀ ਅਨਾਰਕਲੀ ਅਸੀਂ ਰੈਡੀ ਕੀਤੀ ਹੈ। ਨੀਚੇ ਬਾਰਡਰ ਚੈੱਕ ਕਰ ਸਕਦੇ ਹਾਂ, ਇਸ ਤਰ੍ਹਾਂ ਕਰਕੇ ਅਸੀਂ ਪੈਚਿੰਗ ਕੀਤੀ ਹੈ ਔਰ ਪੈਚਿੰਗ ਦੇ ਵਿੱਚ ਪਿੰਕ ਕਲਰ ਦਾ ਕੰਟਰਾਸਟ ਦਿੱਤਾ ਹੈ ਔਰ ਇਹ ਜਿਹੜੀ ਬੇਲ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਕਰਕੇ ਸਾਰਾ ਹੀ ਹੈਂਡਵਰਕ ਦੀ ਬੇਲ ਜਿਹੜੀ ਹੈ ਅੱਗੇ ਔਰ ਪਿੱਛੇ ਇਹਦਾ ਫਰੰਟ ਐਂਡ ਬੈਕ ਸਾਰੇ ਸੇਮ ਨੇ, ਇਹ ਤੁਸੀਂ ਦੇਖ ਸਕਦੇ ਹੋ। ਸੋ ਬਹੁਤ ਪਿਆਰੀ ਆਊਟਫਿਟ ਹੈ ਔਰ ਅੱਜ ਕੱਲ੍ਹ ਇਹਦਾ ਟ੍ਰੈਂਡ ਬਹੁਤ ਜ਼ਿਆਦਾ ਹੈ, ਸਲਵਾਰ ਦੇ ਨਾਲ ਤੁਸੀਂ ਇਹਨੂੰ ਵੀਅਰ ਕਰੋ ਬਹੁਤ ਸੋਹਣੀ ਔਰ ਸਮਾਰਟ ਲੁੱਕ ਲੱਗੇਗੀ। ਸੋ ਅਸੀਂ ਇਹਦੇ ਨਾਲ ਰੈਡੀ ਕੀਤੀ ਹੈ ਸਟ੍ਰੇਟ ਸਲਵਾਰ ਜਿਹਦੇ 'ਤੇ ਕੋਈ ਵੀ ਵਰਕ ਨਹੀਂ ਕੀਤਾ ਔਰ ਨਾਲ ਅਸੀਂ ਰੈਡੀ ਕੀਤਾ ਹੈ ਇਹਦੇ ਔਰਗੈਂਜ਼ਾ ਦਾ ਦੁਪੱਟਾ ਜੋ ਕਿ ਪਿੰਕ ਕਲਰ 'ਚ ਹੈ ਔਰ ਬਹੁਤ ਹੀ ਪਿਆਰਾ ਕਲਰ ਲੱਗ ਰਿਹਾ ਹੈ ਔਰ ਇਸ ਤਰ੍ਹਾਂ ਕਰਕੇ ਇਹਦੇ ਉੱਪਰ ਅਸੀਂ ਇਹ ਵਾਲੀ ਲੇਸ ਲਗਾ ਕੇ ਇਹਦੀ ਫਿਨਿਸ਼ਿੰਗ ਕੀਤੀ ਹੈ। ਕਿਸ ਤਰ੍ਹਾਂ ਦੀ ਫਰੈਂਡਸ ਲੱਗੀ ਇਹ ਵਾਲੀ ਅਨਾਰਕਲੀ ਜ਼ਰੂਰ ਦੱਸਿਓ। ਫਰੈਂਡਸ ਅੱਜ ਦੀ ਵੀਡੀਓ ਦੇ ਸੂਟ ਤੁਹਾਨੂੰ ਕਿੱਦਾਂ ਦੇ ਲੱਗੇ ਜ਼ਰੂਰ ਦੱਸਿਓ, ਕਮੈਂਟ ਕਰਨਾ, ਲਾਈਕ ਐਂਡ ਸ਼ੇਅਰ ਕਰਨਾ। ਫਿਰ ਮਿਲਾਂਗੇ ਇਸੇ ਤਰ੍ਹਾਂ ਦੀ ਅੱਛੀ ਜਿਹੀ ਵੀਡੀਓ ਦੇ ਨਾਲ, ਤਦ ਤੱਕ ਲਈ ਟੇਕ ਕੇਅਰ ਯੋਰ ਸੈਲਫ ਐਂਡ ਯੋਰ ਫੈਮਿਲੀ। ਧੰਨਵਾਦ।